ਇਹੀ ਤਾਂ ਹੈ ਬਗਾਨਿਆਂ ਦੇ ਹੱਥ ਦੇ ਵਿੱਚ ਜਦੋਂ ਲਗਾਮ ਹੈਗੀ ਹੈ ਜੀ ਤਾਂ ਫਿਰ ਨਹਿਰਾਂ ਦੇ ਵਿੱਚ ਪਾਣੀ ਹੋਣਾ ਚਾਹੀਦਾ ਜੀ। ਜੇ ਪਾਣੀ ਨਹਿਰਾਂ ਦੇ ਵਿੱਚ ਰੋਕਿਆ ਗਿਆ ਕਿ ਰਾਜਸਥਾਨ ਹਰਿਆਣੇ ਨੂੰ ਨਾ ਜਾਵੇ ਅਤੇ ਉੱਥੇ ਹੜ੍ਹ ਨਾ ਆਉਣ ਤਾਂ ਫਿਰ ਲਗਾਮ ਤਾਂ ਸਾਡੇ ਹੱਥ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਸੈਂਟਰ ਦੇ ਹੱਥ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਰਾਜਸਥਾਨ ਹਿਮਾਚਲ ਅਤੇ ਹਰਿਆਣੇ ਦੇ ਹੱਥ ਦੇ ਵਿੱਚ ਹੋਣੀ ਚਾਹੀਦੀ ਹੈ। ਇਹ ਤਾਂ ਸਾਡੀ ਨਲਾਇਕੀ ਹੈ। ਪਰ ਇੱਕ ਚੀਜ਼ ਜਿਹੜਾ ਇਹ ਹੜ੍ਹ ਆਇਆ ਬਰਬਾਦੀ ਹੋਈ ਹੈ, ਇੱਕ ਚੀਜ਼ ਪੋਜ਼ਿਟਿਵ ਹੋਈ ਹੈ ਜੀ, ਜਿਹੜਾ ਪਾਕਿਸਤਾਨ ਨੇ ਆਪਣੇ ਗੇਟ ਖੋਲ੍ਹਤੇ ਹੈ ਅਤੇ ਪਾਣੀ ਨੂੰ ਆਪਣੇ ਕੰਨੀ ਭੇਜ ਦਿੱਤਾ ਹੈਗਾ ਜੀ। ਇਹ ਇੱਕ ਬਹੁਤ ਚੰਗਾ ਇਸ਼ਾਰਾ ਪਾਕਿਸਤਾਨ ਨੇ ਇੰਡੀਆ ਵੱਲ ਕੀਤਾ, ਸਿੱਖਾਂ ਵੱਲ ਕੀਤਾ ਕਿ ਅਸੀਂ ਤੁਹਾਡੇ ਨਾਲ ਹੈ। ਹੁਣ ਮੋਦੀ ਸਾਹਿਬ ਨੂੰ ਵੀ ਹੱਥ ਅੱਗੇ ਕਰਕੇ ਬਾਰਡਰ ਖੋਲ੍ਹਣੇ ਚਾਹੀਦੇ ਹੈ, ਜਿਹਦੇ ਨਾਲ ਟ੍ਰੇਡ ਅਤੇ ਵਪਾਰ ਖੁੱਲ੍ਹੇ ਅਤੇ ਜਿਹਦੇ ਨਾਲ ਖੁਸ਼ਹਾਲੀ ਆਵੇ ਕਿਸਾਨਾਂ ਦੀ ਵੀ, ਲਾਲੇ ਬਾਣੀਆਂ ਦੀ ਵੀ, ਸਾਰਿਆਂ ਦੀ, ਟਰੱਕਾਂ ਵਾਲਿਆਂ ਦੀ ਵੀ, ਟਰਾਂਸਪੋਰਟ ਵਾਲਿਆਂ ਦੀ ਵੀ। ਅਤੇ ਇਹ ਜ਼ਰੂਰੀ ਹੈ।